ਅੰਮ੍ਰਿਤਸਰ ਸਾਹਿਬ ਵਿਖੇ ਅਖਿਲ ਭਾਰਤੀ ਖੱਤਰੀ ਮਹਾਸਭਾ ਦਾ ਜਾਤੀ ਰਤਨ ਅਲੰਕਾਰ ਸਨਮਾਨ ਸਮਾਰੋਹ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਸਿੱਖਿਆ ਮੰਤਰੀ ਨੇ ਸਾਬਕਾ ਸਾਂਸਦ ਤੇ ਰਾਜਪਾਲ ਆਰੀਅਲ ਭਾਟੀਆ ਤੇ ਬਲਰਾਮ ਦਾਸ ਦੇ ਨਾਮ ਤੇ ਜਾਤੀ ਰਤਨ ਅਲੰਕਾਰ ਦੀ ਘੋਸ਼ਣਾ ਕੀਤੀ। ਇਸ ਦੌਰਾਨ ਦੀਪਕ ਰਾਏ ਮਹਿਰਾ ਨੇ ਕਿਹਾ ਕਿ ਕਰੋੜਾਂ ਦੀ ਸੰਖਿਆ ਵਿਚ ਹਿੰਦੁਸਤਾਨ ਵਿਚ ਮੌਜੂਦ ਖੱਤਰੀਆਂ ਦਾ ਇਹ ਮਹਾਗਠਬੰਧਨ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ ਤੇ ਦੇਸ਼ ਦੀ ਰਾਜਨੀਤੀ ਵਿਚ ਇਸ ਦਾ ਚੰਗਾ ਪ੍ਰਭਾਵ ਹੋਵੇਗਾ। ਆਜ ਅੰਮ੍ਰਿਤਸਰ ਕੇ ਲਿਏ ਬਹੁਤ ਹੀ ਇਤਿਹਾਸਿਕ ਦਿਨ ਥਾ ਕਿ ਆਜ ਭਾਰਤ ਵਰਸ਼ ਕੇ 18 ਰਾਜਿਓ ਸੇ ਲਗਭਗ 200 ਕੇ ਕਰੀਬ ਖੱਤਰੀ ਪ੍ਰਤੀਨਿਧੀਓ ਨੇ ਆਜ ਏਕ ਮਹਾਅਧਿਵੇਸ਼ਨ ਮੇ ਹਿੱਸਾ ਲਿਆ, ਜਿਸਕਾ ਮੁਖ ਉਦੇਸ਼ ਜੋ ਹਮਾਰੇ ਲੋਕਤਾਂਤਰਿਕ ਪਾਰਦਰਸ਼ੀ ਵਿਧੀ ਸੇ ਭਾਰਤ ਕੇ ਰਾਸ਼ਟਰੀ ਅਧਿਕਸ਼ ਚੁਣੇ ਗਏ ਧਨਰਾਜ ਖੱਤਰੀ ਜੀ ਉਨਕੀ ਕਾਰਯਕਾਰਨੀ ਕਾ ਉਨਕੇ ਪਦਾਧਿਕਾਰੀਓ ਕਾ ਸ਼ਪਥ ਗ੍ਰਹਿਣ ਸਮਾਰੋਹ ਥਾ। ਔਰ ਯੇ ਬਹੁਤ ਸਨਮਾਨ ਕਾ ਵਿਸ਼ੇ ਹੈ ਕਿ ਹਮਾਰੇ ਸ਼ਹਿਰ ਅੰਮ੍ਰਿਤਸਰ ਸੇ ਹਮਾਰੇ ਦੁਰਗਿਆਨਾ ਤੀਰਥ ਕੇ ਮਹਾਮੰਤਰੀ ਅਰੁਣ ਖੰਨਾ ਜੀ ਕੋ ਵਰਿਸ਼ਠ ਉਪਾਧਿਕਸ਼ ਕੇ ਪਦ ਸੇ ਸੁਸ਼ੋਭਿਤ ਕੀਆ ਗਿਆ ਔਰ ਉਨਕਾ ਸ਼ਪਥ ਗ੍ਰਹਿਣ ਸਮਾਰੋਹ ਹੁਆ। ਹਮਾਰੀ ਬਹਿਨ ਸਵਰਾਜ ਗਰੋਵਰ ਜੋ ਕਿ ਪ੍ਰਸਿੱਧ ਸਮਾਜ ਸੇਵਿਕਾ ਹੈ ਉਨਕੋ ਵੀ ਉਪਾਧਿਕਸ਼ ਕੇ ਪਦ ਸੇ ਸੁਸ਼ੋਭਿਤ ਕੀਆ ਗਿਆ ਔਰ ਮੁਝੇ ਵੀ ਉਪਾਧਿਕਸ਼ ਕੇ ਪਦ ਸੇ ਕਾ ਦਾਇਤਵ ਮਿਲਾ ਹੈ। ਆਜ ਕੇ ਕਾਰਯਕ੍ਰਮ ਕੇ ਅਗਲੇ ਚਰਨ ਮੇ ਜੋ ਖੱਤਰੀ ਸਰਵੋੱਚ ਸਨਮਾਨ ਹੈ ਖੱਤਰੀ ਜਾਤੀ ਰਤਨ ਉਹ ਦੋ ਵਿਭੂਤੀਆਂ ਨੂੰ ਦਿਆ ਜਾ ਰਿਹਾ ਹੈ, ਜਿਸ ਮੇ ਹਮਾਰੇ ਕੇਰਲ ਕੇ ਪੂਰਵ ਗਵਰਨਰ ਵਿਦੇਸ਼ ਰਾਜ ਮੰਤਰੀ ਲਿਵਿੰਗ ਲੀਜਨ ਆਰਐਲ ਭਾਟੀਆ ਜੀ ਕੋ ਯੇ ਪੁਰਸਕਾਰ ਦਿਆ ਜਾਏਗਾ। ਉਸਕੇ ਪਸ਼ਚਾਤ ਹਮਾਰੇ ਛੱਤੀਸਗੜ੍ਹ ਕੇ ਗਵਰਨਰ ਪੂਰਵ ਗਵਰਨਰ ਬਲਰਾਮ ਜੀ ਦਾਸ ਟੰਡਨ ਮਰਨੋ ਪ੍ਰਾਪਤ ਦਿਆ ਜਾਏਗਾ। ਉਨਕੇ ਬੇਟੇ ਸੰਜੇ ਟੰਡਨ ਜੀ ਇਹ ਪੁਰਸਕਾਰ ਦੇਣੇ ਹਮਾਰੇ ਵਿੱਚ ਮੇ ਆ ਚੁੱਕੇ ਹੈ ਔਰ ਯੇ ਬਹੁਤ ਹੀ ਸੁੰਦਰ ਕਾਰਯਕ੍ਰਮ ਦੁਰਗਿਆਨਾ ਕੇ ਵੇਦ ਭਵਨ ਮੇ ਇਸ ਸਮੇਂ ਚੱਲ ਰਿਹਾ ਹੈ। ਆਜ ਜੋ ਕਾਰਯਕ੍ਰਮ ਮੇ ਜੋ ਯੇ ਵੇਦ ਕਥਾ ਭਵਨ ਮੇ ਜੋ ਕਾਰਯਕ੍ਰਮ ਚੱਲ ਰਿਹਾ ਹੈ, ਇਸ ਮੇ ਹਮਾਰੇ ਸ਼ਹਿਰ ਕੇ ਹਮਾਰੀ ਖੱਤਰੀ ਸਭਾ ਕੇ ਸਦੱਸਯ ਹਮਾਰੇ ਸ਼ਿਕਸ਼ਾ ਮੰਤਰੀ ਓ ਪੀ ਸੋਨੀ ਜੀ ਮੁੱਖ ਮਹਿਮਾਨ ਹੈ। ਕੁਛ ਹੀ ਸਮੇਂ ਮੇ ਉਨਕਾ ਵਕਤਵਯ ਦੇ।